ਦਾਦੂਮਾ ਮਾਈ ਟੀਵੀ ਨਿਊਜ਼ ਰਿਪੋਰਟਰ ਆਫ਼ਤਾਬ ਅਹਿਮਦ ਗੋਰੜ ਜੀ ਖਬਰ ਮੁਜਿਬ SSP ਦਾਦੂ ਡਾਕਟਰ ਫਾਰੂਖ ਅਲੀ ਲੰਜਾਰ ਜੇ ਜ਼ਿਲ੍ਹੇ ਮੇਂ ਅਮਨ ਵ ਅਮਾਨ ਕਾਇਮ ਕਰਨ ਵਾਰੇ ਹਕਮਤ ਅਮਲੀ ਪੈਂਜੋ ਅਸਰ ਡੇਖਾਰਨ ਸ਼ੁਰੂ ਕਰੇ ਛੱਡਿਓ। ਮੇਹੜ ਪੁਲਿਸ ਥੈੜੀ ਮੁਹੱਬਤ ਲਿੰਕ ਰੋਡ ਤੇ ਮੁਬੈਨਾ ਮੁਕਾਬਲੇ ਮੇਂ ਇੱਕ ਡੋਹਾਰੀ ਅਮੀਰ ਬਖਸ਼ ਜਮਾਲੀ ਐਂ ਸੰਦਸ ਸਾਥੀਨ ਸਾਂ ਮੁਕਾਬਲੇ ਜੀ ਦਾਵਾ ਕਈ ਆਹੇ। ਜੰਮੇ ਪੁਲਿਸ ਚਯੋ ਆਹੇ ਤ ਮੁਕਾਬਲੇ ਮੇਂ ਇੱਕ ਡੋਹਾਰੀ ਅਮੀਰ ਬਖਸ਼ ਜਮਾਲੀ ਜ਼ਖਮੀ ਥੀ ਪਯੋ ਆਹੇ, ਜਡੇ ਤ ਸੰਦਸ ਬਸ ਸਾਥੀ ਮੌਕੇ ਤੇ ਫਰਾਰ ਥੀ ਵਿਆ ਆਹਿਨਿ। ਜ਼ਖਮੀ ਡੋਹਾਰੀ ਕੇ ਇਲਾਜ ਲਾਇ ਤਾਲਕੇ ਹਸਪਤਾਲ ਮੇਹੜ ਆਂਦੋ ਵਯੋ। ਬੀ ਤਰਫ ਪੁਲਿਸ ਮਨਸ਼ਿਆਤ ਖਿਲਾਫ਼ ਕਾਰਵਾਈ ਕਰਦੇ ਖੁਦਾਬਾਦ ਥਾਣੇ ਜੀ ਹਦ ਮਾਂ ਇੱਕ ਕਾਰ ਕੇ ਰੋਕ ਕੇ ਉਨ ਮਾਂ 70 ਸ਼ਰਾਬ ਜੂ ਬੋਤਲੂ ਹੱਥ ਕਰੇ ਵਰਤੀਆਂ ਆਹਿਨਿ। ਕਾਰ ਮਾਂ ਪੁਲਿਸ ਸਿੱਧਾ ਜਣ ਮੁਬਾਰਕ ਅਲੀ ਬਿਰੋਹੀ ਐਂ ਅਬਦੁਲ ਮਜੀਦ ਲਾਖੋ ਕੇ ਹਿਰਾਸਤ ਮੇਂ ਵਰਤੋ ਆਹੇ, ਜਨਤ ਖੁਦਾਬਾਦ ਪੁਲਿਸ ਕਾਰ ਪਿਣ ਪੈਂਜੀ ਤਹਿਵੀਲ ਮੇਂ ਵਠੀ ਛੱਡੀ ਆਹੇ ਐਂ ਖੁਦਾਬਾਦ ਥਾਣੇ ਦੇ ਕੇਸ ਪਿਣ ਦਾਖਿਲ ਕਯੋ ਵਯੋ ਆਹੇ। ਹੋਡਾ ਫੁਲਜੀ ਸਟੇਸ਼ਨ ਪੁਲਿਸ ਬਿਜਲੀ ਜਾ ਮੀਟਰ ਚੋਰੀ ਕਰਨ ਜੇ ਇਲਜ਼ਾਮ ਮੇਂ ਅਰਸਲਾਨ ਪੁੱਟ ਨਜ਼ੀਰ ਅਹਿਮਦ ਚਾਂਡਿਓ ਕੇ ਗ੍ਰਿਫ਼ਤਾਰ ਕਰੇ ਵਰਤੋ ਆਹੇ, ਜੇ ਖਿਲਾਫ਼ ਪਿਣ ਚੋਰੀ ਜੋ ਕੇਸ ਦਾਖਿਲ ਕਯੋ ਵਯੋ ਆਹੇ।